Osvaldo Gandhi Irfan. ਜਿਹੜੇ ਨੌਜਵਾਨ ਮੇਰੇ ਭਾਈਓ ਤੁਸੀਂ ਤਾਂ ਬੈਠੇ ਰਹੋ ਨਾ, ਜਿਹੜੇ ਬਜ਼ੁਰਗ ਹਨ ਵਿਚਾਰੇ ਜ਼ੁਆਫਾ ਦੇ ਦਰਜੇ ਦੇ ਅੰਦਰ, ਬੇਸ਼ੱਕ ਚੱਲੇ ਜਾਓ, ਨੌਜਵਾਨ ਬੈਠ ਜਾਓ। ਤਵੱਜੋ ਹੈ ਤੁਹਾਡੀ? ਕਿਹੜੀ ਗੱਲ ਸਮਝਾ ਰਿਹਾ? ਉਲਾਇਕ ਹੁਮੁਲ ਮੁਤਤਕੂਨ। ਗੱਲ ਸਮਝਿਆ ਜ਼ਰਾ ਗੌਰ ਨਾਲ। ਮੁਤਤਕੀ ਤੇ ਪਰਹੇਜ਼ਗਾਰ ਦਾ ਤਕਵਾ ਨਹੀਂ ਉਸਨੂੰ ਇਜਾਜ਼ਤ ਦਿੰਦਾ ਜੋ ਪਤਾ ਹੀ ਹੋਵੇ ਜੋ ਇਹ ਦੁਸ਼ਮਣ ਨੇ ਅੱਲਾਹ ਦਾ ਮੁਸ਼ਰੂਕ ਕੇ ਤੇ ਵੱਧ ਉਸ ਦੀਆਂ ਕੁੱਠੀਆਂ ਖਾਵੇ। ਉਹ ਅਗਰ ਖਾ ਰਿਹਾ ਤਾਂ ਵੱਧ ਉਸਦਾ ਤਕਵਾ ਅੰਦਰ ਖਲੋਤਾ ਨਹੀਂ। ਜੇ ਉਹ ਜਾਂਦਾ ਤੇ ਪਿੱਛਾ ਮੁੜ ਕੇ ਹਟ ਆਉਂਦਾ ਤਾਂ ਸਮਝ ਲੈ ਮੇਰਾ ਈਮਾਨ ਵੀ ਮਹਿਫੂਜ਼ ਹੈ ਤੇ ਤਕਵਾ ਹੀ ਮੇਰੇ ਵਿੱਚ। ਹੁਣ ਇੱਥੇ ਗੱਲ ਤੁਹਾਨੂੰ ਸੁਣਾ। ਹਜ਼ਰਤ ਆਇਤੁਮ ਮਿਨ ਆਇਤਿਲਲਾਹ ਸੈਯਦ ਅਨਾਇਤੁਲਲਾਹ ਸ਼ਾਹ ਸਾਹਿਬ ਬੁਖਾਰੀ ਸਾਰਾ ਕੋ ਰਹਿਮਤੁਲਲਾਹ ਤਾਲਾ। ਤਵੱਜੋ ਨਾਲ ਸੁਣਿਆ। ਲੋਕ ਤਾਂ ਕਹਿੰਦੇ ਨੇ ਨਾ ਵੀ ਅਨਾਇਤੁਲਲਾਹ ਸ਼ਾਹ ਸਾਹਿਬ ਬੁਖਾਰੀ ਰਹਿਮਤੁਲਲਾਹ ਤਾਲਾ ਲੈ ਤੇ ਜਣੇ ਆਖਰੀ ਉਮਰ ਦੇ ਅੰਦਰ ਉਹ ਤਾਂ ਜਿਹੜੇ ਮੁਸ਼ਰਕ ਦੀਆਂ ਕੁੱਠੀਆਂ ਖਾਂਦੇ ਰਹਿ ਗਏ, ਉਹ ਤਾਂ ਜਿਹੜੇ ਬਾਜ਼ਾਰੋਂ ਗੋਸ਼ਤ ਲੈ ਕੇ ਖਾਂਦੇ ਰਹਿ, ਉਹਨਾਂ ਨੂੰ ਪਤਾ ਹੀ ਆ ਜੋ ਬਾਜ਼ਾਰ ਵਾਲੇ ਸਾਰੇ ਸੂਰ ਮੁਸ਼ਰਕ ਤੇ ਵਾਤੀ ਇਤਨਾ ਬੜਾ ਵਲੀ ਅੱਲਾਹ ਦਾ ਆਇਤ ਮਿਨ ਆਇਤ ਇਲਾ ਹੈ ਜਿਸ ਨੇ ਕੁਰਾਨ ਸੁਨਤ ਦਾ ਮਸਲਾ ਸੀਮਾਏ ਮੌਤਾ ਸਭ ਤੋਂ ਪਹਿਲੇ ਖੋਲ ਕੇ ਵਜ਼ਾਹਤ ਕੀਤੀ ਤੇ ਉਸ ਨੂੰ ਜਿਸ ਨੂੰ ਕੁਰਾਨ ਦੀ ਸਮਝ ਆਈ, ਜਿਹੜਾ ਅਨਾਇਤੁੱਲਾ ਸ਼ਾਹ ਸਾਹਿਬ ਬੁਖਾਰੀ ਆ ਜਿਹੜਾ ਅੱਧਾ ਅੱਧਾ ਘੰਟਾ ਪੈ ਕੇ ਦੁਆ ਕਰੇ ਹਾ ਤਾਂ ਅੱਲਾ ਆਸਮਾਨਾ ਤੋਂ ਬਾਰਿਸ਼ ਵਰਸਾ ਦਿੰਦਾ ਹਾ। ਵਲੀ ਹਾ ਸੱਚਾ ਅੱਲਾ ਦਾ ਤੇ ਵੱਧ ਉਹ ਆਖਰੀ ਉਮਰ ਦੇ ਅੰਦਰ ਮੁਸ਼ਰਕ ਦੀਆਂ ਖਾਵੇ ਕੁੱਠੀਆਂ ਤੇ ਬਾਜ਼ਾਰੋਂ ਗੋਸ਼ਤ ਲੈ ਕੇ ਖਾਵੇ। ਵੱਲ ਇਹ ਤਾਂ ਉਂਜ ਗੱਲ ਹੋਈ ਕਿ ਉਸਦੀ ਸਾਰੀ ਕੀਤੀ ਕਰਤੀ ਤੇ ਪਾਣੀ ਤੋਂ ਹੈ ਫੇਰ ਛੋੜਿਆ ਹੈ। ਉਹ ਤਾਂ ਸਾਰੀ ਜ਼ਿੰਦਗੀ ਜ਼ੁਬਾਨ ਨਾਲ ਇਹ ਆਦਾ ਰਿਹਾ ਹੈ ਕਿ ਉਲਾਇਕ ਹੁਮ ਮੁਤਤਕੂਨ ਹੱਕਾ, ਜਿਹੜਾ ਮੁਤਤਕੀ ਤੇ ਪਰਹੇਜ਼ਗਾਰ ਹੈ, ਜਿਹੜਾ ਮੂਮਿਨ ਤੇ ਮੁਤਤਕੀ ਪਰਹੇਜ਼ਗਾਰ ਹੈ। ਹਜ਼ਰਤ ਸੈਯਦ ਅਨਾਇਤੁੱਲਾਹ ਸ਼ਾਹ ਸਾਹਿਬ ਬੁਖਾਰੀ ਰਹਿਮਤੁੱਲਾਹ ਤਾਲਾ ਅਲੈ ਰਹਿਮਤਨ ਵਾਸਿਅਤਨ ਵਾਫਿਰਤਨ ਕਾਮਿਲਤਨ ਸ਼ਾਮਿਲਾ, ਉਹ ਫਰਮਾਉਂਦੇ ਹਨ ਮੁਤਤਕੀ ਤੇ ਪਰਹੇਜ਼ਗਾਰ ਜਿਹੜਾ ਬਣ ਗਿਆ ਹੈ ਉਸਦਾ ਤਕਵਾ ਉਸਨੂੰ ਇਜਾਜ਼ਤ ਨਹੀਂ ਦਿੰਦਾ ਕਿ ਉਹ ਮੁਸ਼ਰਕ ਦੀ ਕੋਠੀ ਖਾਏ। ਉਹ ਆਪ ਤਾਂ ਇੰਜ ਆਦੇ ਰਹਿਣ ਤੇ ਵੱਧ ਉਹ ਕੁਛ ਕੁੱਠੀਆਂ ਖਾਵੇ ਮੁਸ਼ਰਕਾਂ ਦੀਆਂ। ਤੁਸੀਂ ਆਪ ਦੱਸੋ ਇੰਜ ਹੋ ਸਕਦਾ ਹੈ? ਬੋਲੋ, ਨਹੀਂ ਹੋ ਸਕਦਾ ਨਾ। ਲਿਆਜ਼ਾ ਆਖਣ ਵਾਲਾ ਆਪ ਕੋੜਾ ਤਾਂ ਹੋ ਸਕਦਾ ਹੈ, ਮਗਰ ਉਹ ਜਿਹੜੇ ਹਨ ਜਿਹੜੇ ਗੁਜ਼ਰ ਗਏ ਅੱਲਾ ਦੀ ਕਸਮ ਹੈ 100% ਸਹੀ ਕੁਰਾਨ ਦੇ ਉੱਤੇ ਅਮਲ ਕਰਦੇ ਗਏ। ਗੱਲ ਹੈ ਕਿ ਨਹੀਂ? ਇਹ ਜਿਹੜੇ ਬੰਦੇ ਉਹਨਾਂ ਦੇ ਮੁਰੀਦ ਹੋ ਸਕਣ ਨਾ, ਹਰ ਜਗ੍ਹਾ ਤੇ ਆਏ ਤੇ ਉਹਨਾਂ ਦੇ ਮੁਰੀਦਾਂ ਵਿੱਚੋਂ ਕਹਿ ਕੋਲ ਬਣ ਕੇ ਇਹ ਪੁੱਛ ਲਓ ਵੀ ਅਨਾਇਤੁੱਲਾਹ ਸ਼ਾਹ ਸਾਹਿਬ ਬੁਖਾਰੀ ਰਹਿਮਤੁੱਲਾਹ ਤਾਲਾ ਅਲੈ ਇਹ ਗੱਲ ਫਰਮਾਉਂਦੇ ਹੁੰਦੇ ਹਨ ਕਿ ਕੋਈ ਨਾ ਬਿਆਨ ਦੇ ਅੰਦਰ ਵੀ ਨਿੱਜੀ ਮਹਿਫਿਲ ਦੇ ਅੰਦਰ ਜਿੱਥੇ ਪੈ ਜਾਵੇ ਨਾ, ਉਹ ਇਹ ਗੱਲ ਫਰਮਾਉਂਦੇ ਹੁੰਦੇ ਹਨ ਕਿ ਜਿਹੜਾ ਮੋਮਿਨ ਖਾਲਿਸ ਬਣ ਜਾਏ, ਜਿਹੜਾ ਮੁਤਤਕੀ ਤੇ ਪਰਹੇਜ਼ਗਾਰ ਬਣ ਜਾਏ ਤਾਂ ਉਹਦਾ ਤਕਵਾ ਉਸਨੂੰ ਵੀ ਇਜਾਜ਼ਤ ਨਹੀਂ ਦਿੰਦਾ ਕਿ ਹੋਵੇ ਮੁਤਤਕੀ ਤੇ ਕੁੱਠੀ ਮੁਸ਼ਰਕ ਦੀ ਕਾਰ। ਕਿਸੇ ਕੋਲ ਪੁੱਛ ਲਓ ਵੀ ਤੁਹਾਨੂੰ ਦੱਸ ਦੇ ਸਨ ਜੋ ਵਾਕਈ ਅਨਾਇਤੁੱਲਾਹ ਸ਼ਾਹ ਸਾਹਿਬ ਬੁਖਾਰੀ ਜਿਹੜਾ ਇਸਤਿਕਾਮਤ ਦਾ ਪਹਾੜ ਹਾ ਉਹ ਸੱਚੀਆਂ ਗੱਲਾਂ ਕਰਦਾ। ਗੱਲ ਸਮਝ ਆਈ ਹੈ?
گل سمجھ آئی ہے نا تھانو؟ توجہ کرو. اللہ کریم فرمادن میرا پیغمبر حضرت ابراہیم علیہ الصلوۃ والسلام اِلَّوْ کَانَ صِدِّیقًا اللہ دا نبی ہا. اللہ حضرت ابراہیم علیہ الصلوۃ والسلام دی ملت کتھوں شروع ہوئی ہے؟ اللہ فرماندا ہے اپنے گھر وچوں شروع کیتی ہے. ابراہیم علیہ السلام نے ملت تے اپنے پیو نو سب تو پہلے خطاب کر کے آکھ رہا ہے یا پتہ نہیں. اللہ پاک فرماندا ہے میرا پیغمبر ملت ہن پئی شروع ہوندی گئی خلیل اللہ دی تے کتھوں شروع ہوندی پئی ہے یا آبا دی؟ او میرا پیارا آبا جانا ہوں ہے تے تو مینو بڑا پیارا مگر تیرے کرتوت چنگے نہیں میرا آبا. لِمَ تَعْبُدُ